ਅੱਜ ਦੀ ਹਜ਼ੂਰੀ ਵਿੱਚ ਰੂਹਾਨੀ ਦਰਬਾਰ ਸਜਿਆ, ਬੇਅੰਤ ਸੰਗਤ ਬੈਠੀ ਹੋਈ ਜੀਵਨ ਦਾ ਲਾ ਖੱਟ ਰਹੀ ਹੈ। ਸੋ ਸਤਸੰਗਤ ਕਰਨ ਵਾਲੇ ਪੁਰਸ਼ ਉਹਨਾਂ ਨੂੰ ਇੱਥੇ ਬੈਕੁੰਠ ਵਰਗਾ ਆਨੰਦ ਦੱਸਿਆ ਹੈ। ਕਹਿਤ ਕਬੀਰ ਅਬ ਕਹੀਏ ਕਾਹੇ, ਸਾਧ ਸੰਗਤ ਬੈਕੁੰਠੇ ਆਹੇ। ਆਪਣਾ ਖਿਆਲ ਟਿਕਾਓ, ਬਿਰਤੀ ਹਰੀ ਜਸ ਵਿੱਚ ਲਿਵਲੀਨ ਕਰੋ। ਓਂਕਾਰ ਸਤਿਗੁਰ ਪ੍ਰਸ਼ਾਦ ਦੇ ਮੰਗਲ ਹਨ। ਗੁਰੂ ਘਰ ਦੇ ਵਿੱਚ ਹਰ ਰਾਗ 'ਤੇ ਪਹਿਲੇ ਇਹ ਮੰਗਲ ਆਉਂਦੇ ਨੇ, ਕਈ ਕਿਸਮ ਦੇ ਹਨ। ਐਸਾ ਲਿਖ ਕੇ ਆਪ ਜੀ ਨੇ ਆਪਣੇ ਮਨ ਦੀ ਅਵਸਥਾ ਨੂੰ ਇਸ ਤਰੀਕੇ ਸਿਰ ਥੋੜ੍ਹੇ ਜਿਹੇ ਅੱਖਰਾਂ ਵਿੱਚ, ਭਾਵੇਂ ਅਸਲੀ ਮਾਨਸਿਕ ਅਵਸਥਾ ਨੂੰ ਮਨ ਹੀ ਜਾਣਦਾ ਹੈ, ਤਾਂ ਫਿਰ ਵੀ ਕੁਛ ਥੋੜ੍ਹਾ ਬਹੁਤ ਦਰਸਾਉਣ ਵਾਸਤੇ ਇਉਂ ਲਿਖਦੇ ਹਨ। ਗੁਰਾਂ ਦੇ ਦਰਸ਼ਨ ਤਾਈਂ ਮੇਰਾ ਮਨ ਸੋਚਦਾ, ਗੁਰਾਂ ਦੇ ਦਰਸ਼ਨ